ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਦੀਪ ਸਿੰਘ ਆ, ਮੈਂ ਬਸੰਤ ਐਵਨਿਊ ਮਾਰਕੀਟ 'ਚ ਬੋਲ ਰਿਹਾ, ਨੌ ਬਸੰਤ ਐਵਨਿਊ ਮਾਰਕੀਟ, ਅਤੇ ਮੇਰਾ ਦੁਕਾਨ ਦਾ ਨਾਮ ਸਰਦਾਰ ਮੀਟ ਸ਼ੋਪ ਹੈ, ਅਤੇ ਅਸੀਂ ਬਹੁਤ ਸਪੈਸ਼ਲਿਸਟ ਨੌਨ ਵੈੱਜ ਬਣਾਉਂਦੇ ਹਾਂ, ਟਿੱਕੇ, ਬ੍ਰੇਨ, ਕੀਮਾ ਨਾਨ, ਬ੍ਰੇਨ ਕਰੀ, ਕੀਮਾ ਕਲੇਜੀ, ਚਾਂਪ, ਮਟਨ ਚਾਂਪ, ਸਭ ਦੇਸੀ ਘਿਓ ਤਿਆਰ ਹੁੰਦਾ ਹੈ। ਸਾਡੀ 80 ਸਾਲ ਪੁਰਾਣੀ ਦੁਕਾਨ ਹੈ ਸਰਦਾਰ ਮੀਟ ਸ਼ੋਪ। ਪਹਿਲੇ ਦਰਸ਼ ਦੇ ਨਾਲ ਹੁੰਦੇ ਸੀ, ਸਰਦਾਰ ਜੀ ਬੈਠਦੇ ਸੀ ਉੱਤੇ, ਦਾਦਾ ਜੀ ਮੇਰੇ, ਉਸ ਤੋਂ ਬਾਅਦ ਵਿਆਹ ਟੋਕਣਾ ਸੀ ਆ ਗਏ ਹਾਂ, ਉੱਥੇ ਵੀ ਸਾਡੀ 45-50 ਸਾਲ ਪੁਰਾਣੀ ਦੁਕਾਨ ਹੈ ਬਜ਼ਾਰ ਟੋਕਰਿਆ, ਜਿੱਥੇ ਪਾਲ ਕੱਪੜੇ ਵੱਲ ਆ ਗਾ, ਅਤੇ ਉਸ ਤੋਂ ਬਾਅਦ 17 ਸਾਲ ਇਹ ਦੁਕਾਨ ਨੂੰ ਹੋਏ ਨੇ ਬਸੰਤ ਐਵਨਿਊ ਮੇਨ ਮਾਰਕੀਟ ਅੰਮ੍ਰਿਤਸਰ, ਜਿਹਦੇ ਵਿੱਚ ਆਪਾਂ ਟਿੱਕੇ, ਬ੍ਰੇਨ, ਮਗਜ, ਕੀਮਾ ਕਲੇਜੀ, ਕੀਮਾ ਨਾਨ, ਚਾਂਪ, ਬਟਰ ਚਿਕਨ, ਕਰੀਮ ਚਿਕਨ, ਸਾਰੇ ਬਟਰ ਨਾਨ ਵਗੈਰਾ ਦੇਸੀ ਘਿਓ 'ਚ ਅਸੀਂ ਬਣਾਉਂਦੇ ਹਾਂ, ਸਮਝੇ ਕਿ ਨਹੀਂ। ਅਤੇ ਉਸ ਤੋਂ ਬਾਅਦ ਆਪਾਂ ਇਹ ਪਨੀਰ ਭੁਰਜੀ, ਇਹ ਵੈੱਜ 'ਚ ਚੀਜ਼ ਨਾਨ ਖਾਣ ਵਾਲਾ, ਚੀਜ਼ ਨਾਨ, ਓਨੀਅਨ ਨਾਨ, ਲੱਛਾ ਪਰੌਂਠਾ, ਗਾਰਲਿਕ ਨਾਨ, ਬਟਰ ਨਾਨ, ਸਭ ਵਧੀਆ ਬਣਾਉਂਦੇ ਹਾਂ ਆਪਾਂ। ਸਾਡੀ ਦੁਕਾਨ ਤਾਂ ਬਹੁਤ ਸਾਡੀ ਪੁਰਾਣੀ ਦੁਕਾਨ ਆ, 80 ਸਾਲ ਪੁਰਾਣੀ ਸਾਡੀ ਦੁਕਾਨ ਆ ਜੀ। ਅਸੀਂ ਟਿੱਕੇ, ਮਟਨ ਟਿੱਕਾ ਜੋ ਬਣਾਉਂਦੇ ਹਾਂ, ਬੜੀ ਲੋਕ ਦੂਰ ਦੂਰ ਤੋਂ ਆਉਂਦੇ ਆ ਦੇਖਣ, ਵੇਖ ਕੇ ਪਹਿਲੇ ਉਹਨਾਂ ਨੂੰ ਖੁਸ਼ ਕਰੀਦਾ, ਪਹਿਲੇ ਸੈਂਪਲ ਲਈਦਾ ਉਹਨਾਂ ਨੂੰ ਖਾਣ ਨੂੰ, ਉਸ ਤੋਂ ਬਾਅਦ ਦੇਸੀ ਘਿਓ ਵਿੱਚ ਕਰੀ, ਮਟਨ ਟਿੱਕਾ ਵਗੈਰਾ, ਬ੍ਰੇਨ ਕਰੀ, ਕੀਮਾ ਨਾਨ ਵਗੈਰਾ ਸਾਡਾ ਬਹੁਤ ਸਪੈਸ਼ਲ ਆ, ਤੰਦੂਰ ਸਾਡਾ 4-5 ਵਜੇ ਤੋਂ ਬਾਅਦ ਤਿਆਰ ਹੁੰਦਾ ਹੈ, ਅਤੇ ਉਸ ਤੋਂ ਬਾਅਦ ਆਪਾਂ ਘਰੋਂ ਪ੍ਰੈਪਰੇਸ਼ਨ ਕਰਕੇ ਲਿਆਉਂਦੇ ਹਾਂ, ਅਤੇ 4 ਵਜੇ ਇੱਥੇ ਆਉਂਦੇ ਹਾਂ ਆਪਾਂ, 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ। ਅਤੇ ਜਨਤਾ ਪਬਲਿਕ ਸਕੂਲ ਸਾਡੇ ਚੌਂਕ 'ਚ ਹੀ ਆ, ਨੀਅਰ ਜਨਤਾ ਬਸੰਤ ਐਵਨਿਊ ਮਾਰਕੀਟ, ਅਤੇ ਆਪਾਂ ਆਓ ਸਾਡੇ ਕੋਲ, ਬੜੇ ਬੜੇ ਦੂਰੋਂ ਲੋਕ ਖਾਣ ਆਉਂਦੇ ਆ ਸਾਡੇ, ਆ ਕੇ ਦੁਕਾਨ 'ਤੇ ਚੈੱਕ ਕਰੋ, ਸਾਡੀ ਸਫਾਈ ਸੁਥਰੀ, ਦੁਕਾਨ ਬਹੁਤ ਸਾਫ਼ ਸੁਥਰੀ ਆ, ਅਤੇ ਆ ਕੇ ਲੋਕ ਆਨੰਦ ਲੈਂਦੇ ਆ ਇੱਥੇ ਆ ਕੇ, ਪਾਰਕਿੰਗ ਬਹੁਤ ਵੱਡਾ ਟੇਬਲ ਲੱਗੇ ਆ, ਲੋਕ ਆ ਕੇ ਇੰਜੋਏ ਕਰਦੇ ਨੇ ਰਾਤ ਨੂੰ ਆ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਖਦੇਵ ਸਿੰਘ, ਮੈਂ ਬਸੰਤ ਐਵਨਿਊ ਵਿੱਚ ਮਾਰਕੀਟ ਕੰਮ ਕਰਦਾ ਸਾਰਿਆਂ ਕੋਲ, ਮੀਟ ਵਾਲਿਆਂ ਕੋਲ, ਅਤੇ ਮੈਨੂੰ ਗਾਉਣ ਗਾਉਣ ਦਾ ਸ਼ੌਕ ਵੀ ਆ, ਮੈਂ ਇੱਥੇ ਤੰਦੂਰ ਦਾ ਕੰਮ ਕਰਦਾ। ਹਾਂਜੀ, ਅਤੇ ਤੁਸੀਂ ਮੇਰਾ ਗਾਣਾ ਇੱਕ ਸੁਣੋ, ਸੁਣੋ ਜੀ। ਦੋ ਬਾਤੇ ਹੋ ਸਕਤੀ ਹੈ ਸਨਮ ਤੇਰੇ ਇਨਕਾਰ ਕੀ, ਦੋ ਬਾਤੇ ਹੋ ਸਕਤੀ ਹੈ ਸਨਮ ਤੇਰੇ ਇਨਕਾਰ ਕੀ, ਜਾ ਦੁਨੀਆ ਸੇ ਤੂੰ ਡਰਤੀ ਹੈ, ਜਾ ਦੁਨੀਆ ਸੇ ਤੂੰ ਡਰਤੀ ਹੈ, ਜਾ ਕਦਰ ਨਹੀਂ ਮੇਰੇ ਪਿਆਰ ਕੀ, ਦੋ ਬਾਤੇ ਹੋ ਸਕਤੀ ਹੈ ਸਨਮ ਤੇਰੇ ਤਕਰਾਰ ਕੀ। ਥੈਂਕ ਯੂ ਜੀ। ਅੱਜ ਜੋ ਮੇਰੇ ਗੀਤ ਜਿਸਨੇ ਸੁਣਿਆ ਹੈ, ਉਹ ਮੈਂ ਜਾਂ ਸਰਦਾਰ ਕੇ ਕੰਮ ਬਸੰਤ ਮਾਰਕੀਟ ਸਰਦਾਰ ਦੀ ਦੁਕਾਨ 'ਚ ਕੰਮ ਕਰਦਾ ਵਾਂ, ਤੁਸੀਂ ਇੱਥੇ ਮੈਨੂੰ ਮਿਲ ਸਕਦੇ ਜੇ ਬਸੰਤ ਐਵਨਿਊ ਸਰਦਾਰ ਢਾਬਾ, ਚਿਕਨ ਵਾਲੇ, ਕਾਰੀਗਰ, ਤੰਦੂਰ ਵਾਲੇ, ਸੁਖਦੇਵ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂ, ਹੁਣ ਆਪਾਂ ਕੀਮਾ ਦੇ ਤਿਆਰ ਕਰਕੇ ਤਲ ਰਹੇ ਨਾ, ਤਲ ਰਹੇ ਨੇ, ਅਤੇ ਵੇਖੋ ਅੱਜ ਪ੍ਰੈਪਰੇਸ਼ਨ ਦੇਸੀ ਘਿਓ ਉਹਦੇ ਵਿੱਚ। ਬਹੁਤ ਬਹੁਤ ਦੂਰ ਤੱਕ ਲੋਕ ਖਾਣ ਆਉਂਦੇ ਨੇ। ਮਟਨ ਚਾਂਪ ਹੈ ਜੀ, ਪਿਓਰ ਮਟਨ ਦੀ ਬਣੀ ਹੋਈ ਹੈ ਚਾਂਪ।
ਬਹੁਤ ਬਹੁਤ ਦੂਰ ਤੱਕ ਜਾਂਬਾਂ ਜਾਂਦੀਆਂ ਜੀ ਸਾਡੀਆਂ, ਦਿੱਲੀ, ਬੰਗਲੌਰ ਅਤੇ ਮੁੰਬਈ ਦੇ ਵਿੱਚ ਜਾਂਬਾਂ ਜਾਂਦੀਆਂ, ਮਟਨ ਚਾਂਪ, ਬਟਰ ਟਿੱਕਾ, ਬ੍ਰੇਨ ਕਰੀ ਜਾਂਦੇ ਨੇ ਲੋਕ, 2 ਦਿਨ ਪਹਿਲੇ ਆਰਡਰ ਦੇਣਾ ਚਾਲੂ ਕਰਦੇ ਨੇ ਕਿ ਸਾਡੀਆਂ ਚਾਂਪਾਂ, ਸਾਡੀਆਂ ਚਾਂਪਾਂ ਦਾ ਆਰਡਰ ਲੈ ਲਓ। ਸਾਡੀ ਮਟਨ ਚਾਂਪ ਤਿਆਰ ਹੋ ਗਈ ਆ, ਆਰਡਰ ਦਾ ਮਾਲ ਤਿਆਰ ਹੋ ਰਿਹਾ ਜੀ, ਆਰਡਰ ਦਾ ਮਾਲ ਤਿਆਰ ਹੋ ਰਿਹਾ ਹੈ, ਬੰਬੇ ਜਾਣ ਲਈ ਤਿਆਰ ਹੈ। ਮਟਨ ਗ੍ਰੇਵੀ, ਇਹਦੇ ਵਿੱਚ ਮਟਨ ਹੈ ਜੀ, ਮਟਨ ਗ੍ਰੇਵੀ ਬਣਦਾ ਜੀ ਸਪੈਸ਼ਲ, ਦੇਸੀ ਘਿਓ ਦੀ ਤਰੀ ਹੈ, ਵਿੱਚ ਕੀਮਾ, ਇਲਾਇਚੀਆਂ, ਪਾਲਕ, ਕੀਮਾ, ਮੈਂ ਮਟਨ ਦੇ ਪੀਸ ਹੈ ਜੀ, ਵਿੱਚ ਇਲਾਇਚੀਆਂ, ਲੌਂਗ, ਦਾਲ ਚੀਨੀ, ਜੈਫਲ, ਜਲਬਿੱਤਰੀ, ਪਿਆਜ਼, ਟਮਾਟਰ, ਥੋਮ, ਅਦਰਕ, ਤਰੀ ਹੈ ਮਟਨ ਦੀ ਜੋ ਸਾਰਿਆਂ ਸਮਾਨ 'ਚ ਪੈਂਦੀ ਹੈ ਜੀ। ਇਹ ਕੀਮਾ ਚਾਂਪ ਹੈ ਜੀ, ਕੀਮਾ ਚਾਂਪ ਨੂੰ ਅਸੀਂ ਕ੍ਰਸ਼ ਕਰ ਰਹੇ ਨੇ ਆਪਾਂ, ਇਹਦੇ ਵਿੱਚ ਆਪਾਂ ਹੁਣੇ ਤਰੀ ਪਾਉਣੀ ਹੈ 1-2 ਮਿੰਟ ਤੱਕ, ਚਾਂਪ ਹੈ, ਕ੍ਰਸ਼ ਹੈ, ਦੇਸੀ ਘਿਓ ਨਾਲ, ਦੇਖੋ ਪੂਰਾ ਦੇਸੀ ਘਿਓ ਨਾਲ ਦਿਬੜੀ ਹੋਈ ਹੈ ਚਾਂਪ, ਇਹਦੇ ਵਿੱਚ ਅਸੀਂ ਆਪਾਂ ਹੁਣੇ ਤਰੀ ਪਾ ਕੇ ਗਾਹਕ ਨੂੰ ਸਰਵ ਕਰ ਦੇਣੀ ਹੈ ਜੀ। ਮਟਨ ਕੀਮਾ ਜਾਂਦਾ ਜੀ, ਮਟਨ ਕੀਮਾ ਚਾਂਪ ਡਰਾਈ ਹੈ, ਡਰਾਈ ਹੁੰਦੀ ਹੈ ਅਤੇ ਤਰੀ ਵਾਲੀ ਹੁੰਦੀ ਹੈ, ਇਹ ਡਰਾਈ ਚਾਂਪ ਹੈ, ਇਹ ਗਰੀਬ ਵਾਲੀ ਚਾਂਪ ਹੈ, ਜਿੱਦਾਂ ਕੋਈ ਗਾਹਕ ਹੋਵੇ ਉੱਦਾਂ ਕਰ ਦੇਵਾਂ। ਹਾਂਜੀ ਹਾਂਜੀ, ਇਹ ਗਰੀਬੀ ਵਾਲੀ ਚਾਂਪ ਹੈ ਜੀ, ਇਹ 'ਚ ਥੋੜ੍ਹੇ ਜਿਹੇ ਸਪਿਨਾ ਕਰਨ ਲਈ, ਇਹਨੂੰ ਸੈੱਟ ਕਰਨ ਲਈ ਆਪਾਂ ਥੋੜ੍ਹੀ ਗਰੇਵੀ ਪਾ ਰਹੇ ਨੇ। ਇਹ 'ਚ ਗਰੇਵੀ ਪਾਤੀ ਹੈ ਅਤੇ ਇਹਦੇ ਨਾਲ ਥੋੜ੍ਹਾ ਜਿਹਾ ਕੀਮਾ ਚਾਂਪ ਸੈੱਟ ਹੋ ਜਾਏਗੀ, ਸੁੱਕੇਗੀ ਨਹੀਂ, ਜਿਹਦੇ ਨਾਲ ਫਰੈਸ਼ ਰਹੇਗੀ। ਮਟਨ ਟਿੱਕਾ ਜੀ ਤਵੇ 'ਤੇ, ਪਿਓਰ ਮਟਨ ਟਿੱਕਾ, ਤਵਾ ਆਈਟਮ ਹੈ ਜੀ। ਥੋੜ੍ਹਾ ਇਹਦੇ 'ਚ ਵਾਟਰ ਪਾਵਾਂਗੇ ਜੀ, ਥੋੜ੍ਹਾ ਮਟਨ ਟਿੱਕਾ, ਇਹਦੇ 'ਚ ਨਮਕ, ਮਸਾਲਾ, ਥੋਮ, ਦਹੀਂ ਵਗੈਰਾ, ਪਿਆਜ਼, ਟਮਾਟਰ, ਰਾਤੀ ਆਪਾਂ 10:30-11 ਵਜੇ ਤੱਕ ਹੁੰਦੇ ਹਾਂ ਜੀ। ਗਾਹਕ ਬਹੁਤ ਮਸਤ ਹੋ ਕੇ ਖਾਂਦਾ, ਸੁੱਕਾ, ਗਰੀਬ ਵਾਲਾ, ਸੈਮੀ, ਜੋ ਕਹੋਗੇ ਉਹੋ ਜਿਹਾ ਬਣਾ ਕੇ ਦੇਵਾਂਗੇ। ਵੈਸੇ ਲੋਕ ਸੁੱਕਾ ਹੀ ਖਾਂਦੇ ਜ਼ਿਆਦਾਤਰ ਤਾਂ, ਜੇ ਰੋਟੀ ਨਾ ਖਾਣਾ ਫਿਰ ਪੈਕਿੰਗ ਕਰਾ ਕੇ ਵੀ ਲੈ ਜਾਂਦੇ ਆ, ਬਾਹਰ ਵੀ ਜਾਂਦਾ ਸਾਡਾ।
ਅਸੀਂ ਜਿਹੜਾ ਮਟਨ ਟਿੱਕਾ ਤਿਆਰ ਕੀਤਾ ਹੈ, ਪਹਿਲੇ ਇਹਨਾਂ ਨੂੰ ਆਪਾਂ ਟਿੱਕੇ ਕੱਟ ਕੇ ਇਹਨਾਂ ਨੂੰ ਆਪਾਂ ਮਸਾਲਾ ਲਾਉਂਦੇ ਹਾਂ। ਟਿੱਕੇ ਨਮਕ ਮਿਰਚ ਦਹੀਂ ਥੋਮ ਦਾ ਮਸਾਲਾ ਲਾ ਕੇ ਆਪਾਂ ਇਹਨੂੰ ਤਿਆਰ ਕਰਦੇ ਹਾਂ। ਉਸ ਤੋਂ ਬਾਅਦ ਇਹਨੂੰ ਸਿੱਖਾਂ 'ਚ ਪਰੋ ਕੇ ਚੈਂਬਰ ਉੱਤੇ ਤਿਆਰ ਕਰੀਦਾ ਆਪਾਂ। ਚੈਂਬਰ ਉੱਤੇ ਤਿਆਰ ਕਰਕੇ 2-3 ਘੰਟੇ ਉੱਥੇ ਲੱਗਦੇ ਆਉਂਦੇ ਨੇ ਸਾਨੂੰ, ਚੈਂਬਰ ਉੱਤੇ ਤਿਆਰ ਕਰਦੇ ਹਾਂ ਕੁੜਦੇ ਹਾਂ ਕਰਕੇ। ਉਸ ਤੋਂ ਬਾਅਦ ਆਪਾਂ ਇਹਨੂੰ ਠੰਡੇ ਕਰਕੇ ਪਤੀਲੇ 'ਚ ਪਾ ਕੇ ਮਸਾਲਾ ਮਸੂਲਾ ਪਾ ਕੇ ਹਿਲਾ ਕੇ ਇਹਨਾਂ ਨੂੰ ਫਿਰ ਆਪਾਂ ਤਵੇ 'ਤੇ ਇਹਨੂੰ 5-6 ਘੰਟੇ ਫਿਰ ਭੁੰਨੀਦਾ। ਜਦੋਂ ਤੱਕ ਗਾਹਕ ਨਹੀਂ ਆਉਂਦਾ ਸੀ ਇਹਨੂੰ ਭੁੰਨੇ ਰਹੀਦਾ, ਅਤੇ ਬਿਲਕੁਲ ਇੱਕਦਮ ਸੋਫਟ ਬਣ ਜਾਂਦੇ ਨੇ, ਜਿਵੇਂ ਕਿ ਖਾ ਕੇ ਤਿਆਰ ਹੋ ਜਾਂਦੇ, ਮਲਾਈ ਹੋ ਜਾਂਦੇ ਟਿੱਕੇ, ਟਿੱਕਿਆਂ ਮਲਾਈ ਬਣ ਜਾਂਦਾ, ਬਹੁਤ ਵਧੀਆ ਤਿਆਰ ਹੋ ਜਾਂਦਾ। ਅਤੇ ਕਦੀ ਆਓ ਤੁਸੀਂ ਵੀ ਆ ਕੇ ਖਾ ਕੇ ਵੇਖੋ, ਬਹੁਤ ਵਧੀਆ ਆਈਟਮ ਹੈਗੀ ਆ ਟਿੱਕੇ ਮਟਨ ਟਿੱਕਾ। ਚਾਮ ਤਿਆਰ ਹੋ ਰਹੀ ਹੈ ਜੀ, ਗਰਮ ਮਸਾਲਾ ਜੀ, ਗਰਮ ਮਸਾਲਾ ਪਾਈਦਾ ਆਪਣਾ ਪਸਵਾ ਕੇ ਪਾਈਦਾ ਜੀ। ਇਹ ਸ਼ਾਮ ਗਰੀਬ ਵਾਲੀ ਹੈ ਜੀ, ਅਭੀ ਦੇਸੀ ਘਿਓ ਜੀ, ਰੋਗਨ ਦੇਸੀ ਘਿਓ। ਨਾਲੇ ਵਿੱਚ ਆਪਾਂ ਪੈਕ ਦਿੰਦੇ ਜੀ ਬੰਬੂ ਦੇ ਵਿੱਚ। ਦਵਾ ਫੜ ਬੇਟਾ, ਪੈਕ ਕਰੋ।